ਫਾਜ਼ਿਲਕਾ ਦੇ ਵਿੱਚ ਐਮ ਆਰ ਐਨਕਲੇਵ ਤੋਂ ਸ਼ੁਰੂ ਕੀਤਾ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੋਸ ਮਾਰਚ ਨਹਿਰੀ ਵਿਭਾਗ ਦੇ ਦਫ਼ਤਰ ਦੇ ਬਾਹਰ ਲਗਾਇਆ ਜਾਏਗਾ ਧਰਨਾ। ਫਾਜ਼ਿਲਕਾ ਦੇ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਹਿਰੀ ਪਾਣੀ ਅਤੇ ਪੀਣ ਵਾਲੇ ਪਾਣੀ ਦੀ ਮੰਗ ਨੂੰ ਲੈ ਕੇ ਨਹਿਰੀ ਵਿਭਾਗ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਣਾ ਹੈ, ਜਿਸ ਤੋਂ ਪਹਿਲਾਂ ਐਮ ਆਰ ਐਨਕਲੇਵ ਤੋਂ ਲੈ ਕੇ ਨਹਿਰੀ ਵਿਭਾਗ ਦੇ ਦਫ਼ਤਰ ਤੱਕ ਇੱਕ ਰੋਸ ਮਾਰਚ ਕੱਢਿਆ ਗਿਆ। ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਰੋਸ ਮਾਰਚ ਕੱਢਿਆ ਜਾ ਰਿਹਾ ਅਤੇ ਨਹਿਰੀ ਵਿਭਾਗ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਏਗਾ। ਉਹਨਾਂ ਨੇ ਕਿਹਾ ਕਿ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਅੱਜ ਧਰਨੇ ਦਿੱਤੇ ਜਾ ਰਹੇ ਹਨ, ਜਿਸ ਦੇ ਤਹਿਤ ਉਹਨਾਂ ਵੱਲੋਂ ਵੀ ਇੱਥੇ ਧਰਨਾ ਦਿੱਤਾ ਜਾਏਗਾ। ਮੇਰਾ ਨਾਮ ਕੁਲਵੰਤ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਆਗੂ ਫਾਜ਼ਿਲਕਾ। ਸੋ ਅੱਜ ਲਗਭਗ ਪੂਰੇ ਪੰਜਾਬ ਭਰ ਦੇ ਵਿੱਚ 12 ਜ਼ਿਲ੍ਹਿਆਂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ 3 ਦਿਨਾਂ ਦਾ ਜਿਹੜਾ ਪੱਕਾ ਧਰਨਾ ਦਿਨ ਰਾਤ ਦਾ ਉਹ ਲੱਗਣ ਜਾ ਰਿਹਾ ਵਾ। ਅਸੀਂ ਫਾਜ਼ਿਲਕਾ ਨਹਿਰੀ ਵਿਭਾਗ ਦਫ਼ਤਰ ਹੁਣ ਪਹੁੰਚ ਕੇ ਅਤੇ ਧਰਨੇ ਦੀ ਜਿਹੜੀ ਸ਼ੁਰੂਆਤ ਕਰਾਂਗੇ। ਸੋ ਪਾਣੀ ਜਿਹੜਾ ਸਰਕਾਰਾਂ ਨੇ ਪਾਣੀ ਜਿਹੜਾ ਖਰਾਬ ਕਰਤਾ, ਫੈਕਟਰੀਆਂ ਦਾ ਪਾਣੀ ਥੱਲੇ ਪਾ ਕੇ ਧਰਤੀ ਦਾ ਥੱਲੜਾ ਪਾਣੀ ਜਿਹੜਾ ਖਰਾਬ ਕਰਤਾ, ਉੱਪਰਲਾ ਪਾਣੀ ਜਮ੍ਹਾਂ ਖਤਮ ਕਰਤਾ, ਦੂਸਰੀਆਂ ਸਟੇਟਾਂ ਨੂੰ ਜਿਹੜੇ ਪਾਣੀ ਦੇ ਰਹੀ ਆ, ਪੰਜਾਬ ਦੀ ਧਰਤੀ ਬੰਜਰ ਹੋ ਰਹੀ ਆ। ਸੋ ਮੰਗ ਕਰਦੇ ਹਾਂ ਕਿ ਹਰੇਕ ਖੇਤ ਦੇ ਵਿੱਚ ਜਿਹੜਾ ਨਹਿਰੀ ਪਾਣੀ ਉਹ ਪੁੱਜਦਾ ਕੀਤਾ ਜਾਵੇ। ਘਰਾਂ ਦੇ ਵਿੱਚ ਜਿਹੜਾ ਪਾਣੀ ਹੈ, ਜਿਹੜਾ ਪਾਣੀ ਵੇਚ ਕੇ ਪ੍ਰਾਈਵੇਟ ਪਾਣੀ ਕਰਕੇ ਘਰਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ, ਸੋ ਨਹਿਰੀ ਪਾਣੀ ਜਿਹੜਾ ਜਾਂ ਬਰਸਾਤੀ ਪਾਣੀ ਹੈ ਉਹ ਨਹਿਰਾਂ ਅਤੇ ਦਰਿਆਵਾਂ ਦੇ ਵਿੱਚ ਛੱਡ ਕੇ ਅਤੇ ਸਭ ਪਾਣੀ ਜਿਹੜਾ ਲੋਕਾਂ ਤੱਕ ਪਹੁੰਚਾਇਆ ਜਾਵੇ, ਤਾਂ ਜੋ ਬਿਮਾਰੀਆਂ ਤੋਂ ਨਾ ਲੋਕ ਬਿਮਾਰੀਆਂ ਤੋਂ ਬਚ ਜਾਣ ਅਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਪਾਣੀ ਪਹਿਲਾਂ ਨਹੀਂ ਮਿਲਦਾ? ਨਹੀਂ ਮਿਲਦਾ ਜੀ, ਕਈ ਖੇਤਾਂ ਨੂੰ ਮਿਲਦੇ। ਕਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਪਾਣੀ ਪਹੁੰਚਣਾ ਚਾਹੀਦਾ? ਪਾਣੀ ਪਹੁੰਚਣਾ ਚਾਹੀਦਾ ਹਰੇਕ ਖੇਤ 'ਚ। ਲੋਕ ਕਾਰਪੋਰੇਟ ਜਿਹੜੇ ਵੱਡੇ ਵੱਡੇ ਲੋਕ ਨੇ, ਜਿਵੇਂ 100-100 ਕਿੱਲਾ ਪੈਲੀ ਆ, ਥਾਲੇ ਬੰਦ ਕੀਤੇ ਹੋਏ ਨੇ ਇਹਨਾਂ ਨੇ। ਕੋਈ ਵੀ ਇਸ 'ਤੇ ਸਾਰੇ ਨੂੰ ਕਹਿੰਦੇ, ਸਾਰੇ ਪੰਜਾਬ 'ਚ ਪੂਰੇ 'ਚ ਪਾਣੀ ਪਹੁੰਚਾਇਆ ਜਾਵੇ, ਪੀਣ ਨੂੰ ਵੀ ਸ਼ੁੱਧ ਪਾਣੀ ਦਿੱਤਾ ਜਾਵੇ ਅਤੇ ਇਹ ਵੀ ਪਾਣੀ ਪੱਕੇ ਖਾਲੇ ਦਿੱਤੇ ਜਾਣ। ਤੁਸੀਂ ਕਿਹੜੇ ਖੇਤਾਂ ਦੇ ਹੋ? ਹਾਂਜੀ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਪਿੰਡ ਨਵਾਂ ਸ਼ਲੇਮਸ਼ਾਹ ਦੇ। ਉੱਥੇ ਪਾਣੀ ਨਹੀਂ ਆ ਰਿਹਾ? ਉੱਥੇ ਨਹਿਰੀ ਪਾਣੀ ਨਹੀਂ ਖੇਤਾਂ 'ਚ ਜਾ ਰਿਹਾ ਜੀ। ਕੀ ਨਾਮ ਹੈ ਤੁਹਾਡਾ? ਮੰਗਲ ਸਿੰਘ।